ਸਾਡੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਇਸੇ ਵਾਅਦੇ ਨਾਲ ਆਈ ਸੀ ਕਿ ਸਿਹਤ ਔਰ ਸਿੱਖਿਆ ਦੇ ਖੇਤਰ ਦੇ ਵਿੱਚ ਪੰਜਾਬ ਵਿੱਚ ਕ੍ਰਾਂਤੀ ਆਂਦੀ ਜਾਵੇਗੀ ਉਸੇ ਸੰਦਰਭ ਦੇ ਵਿੱਚ ਜਿਹੜਾ ਬਜਟ 2023-24 ਵਾਲਾ ਪਾਸ ਕੀਤਾ ਗਿਆ ਉਹਦੇ ਵਿੱਚ ਤਕਰੀਬਨ 17000 ਕਰੋੜ ਰੁਪਇਆ ਐਜੂਕੇਸ਼ਨ ਲਈ ਰੱਖਿਆ ਗਿਆ ਸਿੱਖਿਆ ਦੇ ਖੇਤਰ ਲਈ ਰੱਖਿਆ ਗਿਆ ਜੋ ਕਿ ਪਿਛਲੇ ਬਜਟ ਨਾਲੋਂ 12% ਵਧਿਆ ਇੱਥੇ ਮੈਂ ਹੋਰ ਦੱਸਣਾ ਚਾਹੁੰਦਾ ਕਿ ਸਰਕਾਰਾਂ ਪਿਛਲੀਆਂ ਵੀ education ਲਈ ਸਿੱਖਿਆ ਲਈ ਬਜਟ ਰੱਖਦੀਆਂ ਰਹੀਆਂ ਪਰ ਉਹ ਆਪਣੇ ਘਰ ਭਰਦੇ ਰਹਿ ਪੁਰਾਣੇ ਜਿੰਨੇ ਵੀ ਸਕੂਲ ਨੇ ਸਰਕਾਰੀ ਸਕੂਲ ਹੈ ਉਹਨਾਂ ਦੀਆਂ ਬਿਲਡਿੰਗਾਂ ਜਰਜਰ ਹੋਈਆਂ ਰਹੀਆਂ ਕਿਸੇ ਤਰ੍ਹਾਂ ਵੀ ਉਹਨਾਂ ਵਿੱਚ ਕੋਈ ਡਵੈਲਪਮੈਂਟ ਦਾ ਜਿਹੜਾ ਵੀ ਪੈਸਾ ਹੈ ਉਹ ਲੱਗਾ ਨਹੀਂ ਸਾਡੀ ਸਰਕਾਰ ਇੱਕ ਇੱਕ ਪੈਸਾ ਜਿਹੜਾ ਹੈ ਉਹ ਜਿਸ ਕੰਮ ਲਈ ਆਇਆ ਉਥੇ ਲਾਏਗੀ ਔਰ এডਿਊਕੇਸ਼ਨ ਦੇ ਮਿਆਰ ਨੂੰ ਉੱਚਾ ਚੱਕੂਗੀ ਜਿਹੜੀ ਲੋਕਾਂ ਦੀ ਪ੍ਰਾਈਵੇਟ ਸਕੂਲ ਲੁੱਟ ਖਸੁੱਟ ਕਰ ਰਹੀ ਹੈ ਉਹ ਨੂੰ ਵੀ ਨੱਥ ਪਾਉਣ ਲਈ ਇਹ ਸਾਰਾ ਕੁਝ ਕੀਤਾ ਗਿਆ ਇਸ ਕਰਕੇ ਮੇਰੀ ਸਾਰੇ ਪੰਜਾਬੀਆਂ ਨੂੰ ਅਪੀਲ ਹੈ ਕਿ ਤੁਸੀਂ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਪਾਓ ਬੇਸ਼ੱਕ ਬਹੁਤ ਵੱਡਾ ਬੱਚਾ ਕਹਿੰਦਾ ਕਿ ਸਾਲ ਬਹੁਤ ਲੰਮਾ ਇੱਕ ਅਰਸਾ ਹੁੰਦਾ ਬੱਚਿਆਂ ਦੇ ਭੁੱਖ ਦਾ ਇੱਕ ਇੱਕ ਮਸਲਾ ਹੈ ਲੇਕਿਨ ਇਹ ਪੰਜਾਬ ਦੇ ਭੁੱਖ ਦਾ ਵੀ ਮਸਲਾ ਹੈ ਤੁਸੀਂ ਸਾਰੇ ਬੱਚੇ ਆਪਣੇ ਜਿਹੜੇ ਨਰਸੀ ਤੋਂ ਲੈ ਕੇ ਜਿਹੜੇ 10ਵੀਂ ਤੱਕ ਕਰਦੀਆਂ ਸਾਰੀਆਂ ਕਲਾਸਾਂ ਦੇ ਪਲਸ ਟੂ 1 ਟੂ ਥੀ ਐਮ ਵੀ ਕਲਾਸਾਂ ਦੇ ਜਿਹੜੇ ਹੈ ਜਿਹੜੀ ਹੈਗੀ 10 ਮਾਰਚ ਤੋਂ ਇਹ ਜਿਹੜੀ ਐਡਮਿਸ਼ਨ ਸ਼ੁਰੂ ਹੈ ਸਾਰਿਆਂ ਨੂੰ ਅਪੀਲ ਕਰਦੇ ਤੁਸੀਂ ਇੱਕ ਮੌਕਾ ਦਿਓ ਕਿਉਂਕਿ ਤੁਹਾਡੇ ਇਸ ਸਹਯੋਗ ਦੇ ਨਾਲ ਹੀ ਇਹ ਸਾਰਾ ਕੁਝ ਹੋ ਸਕਦਾ ਔਰ ਅਸੀਂ ਉਮੀਦ ਨਹੀਂ ਅਸੀਂ ਹਰ ਤਰ੍ਹਾਂ ਤੁਹਾਡੇ ਜਿਹੜੇ ਹੈਗੀਆਂ ਤੁਹਾਡੀਆਂ ਜੜੀਆਂ ਆਸਾਂ ਨੇ ਉਹਦੇ ਤੇ ਖਰੇ ਉਤਰਾਂਗੇ ਸਰਕਾਰ ਖਰੀ ਉਤਰੂਗੀ ਔਰ ਇਹਨੂੰ ਵਰਲਡ ਕਲਾਸ ਜਿਹਨੇ ਪ੍ਰਾਈਵੇਟ ਸਕੂਲ ਹੈ ਉਹਨਾਂ ਦੇ ਵਿੱਚ ਪਲੱਸ 2 ਤੋਂ ਜਿਹੜੀਆਂ ਟੀਚਰ ਨੇ ਉਹ ਪੜਾਉਂਦੀਆਂ ਇਹਦੇ ਵੈਲ ਕੁਆਲੀਫਾਈਡ ਸਾਰੇ ਟੀਚਰ ਨੇ ਔਰ ਤਨਮਨਾ ਆਪਣੇ ਨਾਲ ਤਨਦੇ ਹੀ ਨਾਲ ਬੱਚਿਆਂ ਨੂੰ ਪੜਾਉਣ ਵਾਲੇ ਟੀਚਰ ਨੇ ਤੁਸੀਂ ਸਿਰਫ ਇੱਕ ਮੌਕਾ ਦਿਓ ਬੱਚਿਆਂ ਨੂੰ ਆਪਣੇ ਜਿਹੜੇ ਉਹਨਾਂ ਟੀਚਰਾਂ ਨੂੰ ਮੌਕਾ ਦਿਓ ਔਰ ਬੱਚੇ ਆਪਣੇ ਜਿਹੜੇ ਹੈ ਸਰਕਾਰੀ ਸਕੂਲਾਂ ਚ ਪਾਓ ਤਾਂ ਕਿ ਜਿਹੜੀ ਜਿਹੜੀ ਗਾਰੰਟੀ ਸਰਦਾਰ ਭਗਤ ਸਿੰਘ ਮਾਨ ਜੀ ਨੇ ਕੇਜਰੀਵਾਲ ਸਾਹਿਬ ਨੇ ਪੰਜਾਬ ਨਾਲ ਕੀਤੀ ਆ ਉਹਨੂੰ ਪੂਰਾ ਕਰ ਸਕਣ ਔਰ ਇੱਕ ਮਿਸਾਲ ਦੇ ਸਕਣ ਕਿ ਲੋਕੀ ਜਿਹੜੇ ਹੈ ਉਹ ਬਿਨਾਂ ਲੁੱਟ ਖਸੁੱਟ ਦੇ ਜਿਹੜੀ ਕਿ ਉਹ ਪੁਰਾਣੇ ਜਿੰਨੇ ਵੀ ਪ੍ਰਾਈਵੇਟ ادارے ਇਹੋ ਕੁਝ ਕਰਦੇ ਰਿਹਾ ਉਹ ਤੋਂ ਬਚਿਆ ਜਾ ਸਕਦਾ ਇੱਕ ਮੌਕਾ ਤੁਹਾਡੇ ਸਹਿਯੋਗ ਨਾਲ ਹੀ ਦਿੱਤਾ ਜਾ ਸਕਦਾ ਜੀ ਦੂਸਰੀ ਗੱਲ ਮੈਂ ਵੀ ਕਹਿਣਾ ਚਾਹਣਾ ਕਿ ਸਾਡੀ ਸਰਕਾਰ ਸਰਦਾਰ ਭਵਾਂਸੀ ਮਾਨ ਜੀ ਦੀ ਸਰਕਾਰ ਇਸ ਪ੍ਰਤੀ ਬਹੁਤ ਸੀਰੀਅਸ ਹੈ ਉਹੀ ਸੇ ਕਰਕੇ ਤੁਸੀਂ ਦੇਖਿਆ ਕਿੰਨੇ ਪ੍ਰਿੰਸੀਪਲ ਸਾਹਿਬਾਨ ਨੂੰ ਜਿਹੜੀ ਜਿਹੜੀ ਟ੍ਰੇਨਿੰਗ ਲੈਣ ਲਈ ਸਿੰਗਾਪੁਰ ਭੇਜਿਆ ਜਾ ਰਿਹਾ ਉਤੋਂ ਬਾਅਦ ਜ਼ੋਰ ਕੋ ਵੀ ਭੇਜਿਆ ਗਿਆ ਅੰਕੇ ਫਿਨਲੈਂਡ ਦੇ ਵਿੱਚ ਜਿੱਥੇ-ਜਿੱਥੇ ਐਜੂਕੇਸ਼ਨ ਦਾ ਕੰਮ ਬਹੁਤ ਵਧੀਆ ਸਿੱਖਿਆ ਦਾ ਕੰਮ ਬਹੁਤ ਵਧੀਆ ਉੱਥੇ ਸਰਕਾਰ ਜਿਹੜੀ ਸਾਡੇ ਜਿਹੜੇ ਟੀਚਰ ਨੇ ਸਾਡੇ ਪ੍ਰਿੰਸੀਪਲ ਨੂੰ ਉਹਨਾਂ ਨੂੰ ਟ੍ਰੇਨਿੰਗ ਲੈਣ ਭੇਜ ਰਿਹਾ ਤੁਸੀਂ ਕਿਸੇ ਤਰ੍ਹਾਂ ਦਾ ਵੀ ਸ਼ੰਕਾ ਨਹੀਂ ਰੱਖਣਾ ਬਹੁਤ ਵਧੀਆ ਤਰ੍ਹਾਂ ਸਾਰੇ ਕੰਮ ਹੋਣਗੇ ਬੱਚਿਆਂ ਨੂੰ ਬਹੁਤ ਜਿਹੜੀ ਵਰਲਡ ਕਲਾਸ ਜਿਹੜੀ ਹੈ ਮਿਆਰੀ ਸਿੱਖਿਆ ਦਿੱਤੀ ਜਾਊਗੀ ਇਸ ਕਰਕੇ ਤੁਸੀਂ ਆਪਣੇ ਬੱਚੇ ਆ ਉਹ ਸਰਕਾਰੀ ਸਕੂਲਾਂ ਦੇ ਵਿੱਚ ਦਾਖਲ ਕਰਾਉਂ।